ਐਡਮਿੰਟਨ ਦੇ ਰਾਇਲ ਪੈਲਸ 'ਚ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਸ਼ੋਅ ਦਾ ਪਿਛਲੇ ਦਿਨੀ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਪਰਿਵਾਰਾਂ ਸਮੇਤ ਲੋਕਾਂ ਨੇ ਸ਼ਿਰਕਤ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ 'ਚ ਨਵਨੀਤ ਬਰਾੜ ਨੇ ਵੀ ਸਰੋਤਿਆਂ ਸਾਹਮਣੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪੱਗ ਸਿਰ ਤੇ ਬੰਨੇ ਪਟਿਆਲਾ ਸ਼ਾਹੀ ਜੱਚੇ ਸਿਰੇ ਦਾ ਜੱਟ ਰਣਜੀਤ ਬਾਵਾ। ਸੰਗੀਤਕ ਧੁਨਾਂ ਅਤੇ ਸੁਰਾਂ ਦੀ ਤਾਲ ਦਾ ਸੁਮੇਲ ਕਰਦਿਆਂ ਰਣਜੀਤ ਬਾਵਾ ਨੇ ਇੱਕ ਤੋਂ ਇੱਕ ਗੀਤ ਗਾ ਕੇ ਆਏ ਦਰਸ਼ਕਾਂ ਨੂੰ ਨੱਚਣ ਅਤੇ ਝੂਮਣ ਲਈ ਮਜਬੂਰ ਕਰ ਦਿੱਤਾ। ਸ਼ੋਅ ਦੇ ਅਖੀਰ 'ਚ ਪ੍ਰਬੰਧਕਾਂ ਰਾਜਾ ਨਾਗਪਾਲ, ਸੈਂਡੀ ਮਾਨ, ਹਰਦੀਪ ਲਾਲ, ਕੁਲਵਿੰਦਰ ਤੂਰ, ਪਰਮਿੰਦਰ ਬੱਦੋਵਾਲ ਵੱਲੋਂ ਹਾਲ 'ਚ ਬੈਠੇ ਦਰਸ਼ਕਾਂ ਵਿੱਚੋਂ ਲੱਕੀ ਡਰਾਂ ਰਾਹੀਂ ਇਨਾਮ ਕੱਢੇ ਗਏ। ਬਹੁਤ ਵਧੀਆ ਸੀਗਾ ਜੀ। ਐਡਮਿੰਟਨ ਦੇ ਵਿੱਚ ਜਿਹੜਾ ਰਣਜੀਤ ਬਾਵਾ ਜੀ ਆਏ ਨੇ ਅਤੇ ਸਾਰੀ ਆਡੀਅੰਸ ਨੇ ਜਿਹੜਾ ਆਨੰਦ ਮਾਣਿਆ। ਸੋ ਮੈਂ ਥੈਂਕ ਯੂ ਕਰਦਾ ਰਣਜੀਤ ਬਾਵਾ ਜੀ ਐਡਮਿੰਟਨ ਦੇ ਵਿੱਚ ਆਉਣ ਦੇ ਲਈ ਅਤੇ ਸਾਰੀ ਕਮਿਊਨਿਟੀ ਜਿਹੜਾ ਬਹੁਤ ਇੰਜੋਏ ਕੀਤਾ ਅਤੇ ਮੈਂ ਵੀ ਇੱਥੇ ਸਾਰਾ ਅਸੀਂ ਆਏ ਹੈਗੇ ਜੀ ਦੇਖਣ ਅਤੇ ਬਹੁਤ ਵਧੀਆ ਸ਼ੋਅ ਸੀਗਾ ਜੀ। ਅੱਜ ਰਣਜੀਤ ਬਾਵਾ ਜੀ ਦਾ ਸ਼ੋਅ ਹੈ ਇੱਥੇ ਆਪਣੇ ਐਡਮਿੰਟਨ ਦੇ ਵਿੱਚ ਜੋ ਕਿ ਸੋਲਡ ਆਊਟ ਸ਼ੋਅ ਆ। ਸੋ ਬਹੁਤ ਹੀ ਧੰਨਵਾਦ ਸਾਰੇ ਜੋ ਵੀ ਦਰਸ਼ਕ ਇੱਥੇ ਪਹੁੰਚੇ ਨੇ ਰਣਜੀਤ ਬਾਵਾ ਜੀ ਦਾ ਸ਼ੋਅ ਦੇਖਣ ਲਈ। ਸੋ ਅੱਗੇ ਤੋਂ ਵੀ ਅਸੀਂ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਰਹਾਂਗੇ ਕਿਉਂਕਿ ਇਹ ਪਹਿਲਾ ਸ਼ੋਅ ਆ ਇਸ ਸੀਜ਼ਨ ਦਾ।
ਸੋ ਅਸੀਂ ਨੈਕਸਟ ਸ਼ੋਅ ਆ ਰਿਹਾ ਰਾਤ ਫਤਿਹ ਅਲੀ ਖਾਨ ਦਾ, ਸੋ ਅਸੀਂ ਉਹਦੇ 'ਚ ਵੀ ਆਸ ਕਰਦੇ ਹਾਂ ਵੀ ਇਸੇ ਤਰ੍ਹਾਂ ਸੋਲਡ ਆਊਟ ਸ਼ੋਅ ਜਾਊਗਾ ਉਹ ਵੀ। ਸੋ ਇੱਕ ਵਾਰੀ ਫਿਰ ਤੋਂ ਸਾਰੇ ਜੋ ਵੀ ਇੱਥੇ ਦਰਸ਼ਕ ਸੱਜਣ ਵੀਰ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਾ ਸਿਰਫ ਪੰਜਾਬੀ ਫਿਲਮ ਇੰਡਸਟਰੀ ਬਲਕਿ ਬਾਲੀਵੁੱਡ ਵਿੱਚ ਵੀ ਧੂਮਾਂ ਪਾਉਣ ਵਾਲੇ ਪੰਜਾਬੀ ਦੇ ਪ੍ਰਸਿੱਧ ਗਾਇਕ ਦਿਲਜੀਤ ਦਾ ਸ਼ੋਅ ਐਡਮਿੰਟਨ ਐਕਸਪੋ ਸੈਂਟਰ ਵਿਖੇ 13 ਮਈ ਨੂੰ ਕਰਵਾਇਆ ਜਾ ਰਿਹਾ ਹੈ। ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਟਿਕਟਾਂ ਵੀ ਧੜਾ ਧੜ ਵਿਕ ਰਹੀਆਂ ਹਨ। ਜੇਕਰ ਤੁਸੀਂ ਵੀ ਟਿਕਟਸ ਲੈਣਾ ਚਾਹੁੰਦੇ ਹੋ ਤਾਂ ਟਿਕਟਸ ਔਨਲਾਈਨ ਟਿਕਟ ਮਾਸਟਰ 'ਤੇ ਉਪਲਬਧ ਹਨ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਹੁਣ ਤੇਗਮੀਤ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।